64 ट्रैक्टर लैन दा की कारण सी जी? कारण सी मेरे चाचा जी ने पहला लै जी 42-15 जी 10 कट्ठे जी। अच्छा जी, उन्हां दा सानू चंगा रिजल्ट वधिया आया यानी कि ठीक है, ते सो चाचा जी ने रिकमेंड कीता भी आपां इही लईए। अच्छा जी, अच्छा जी, सो तां करके इह लै जी। ठीक है, ठीक है। ਤੇ ਇਹਦੇ ਵਿੱਚ ਕੀ ਖਾਸ ਕੀ ਲੱਗਾ ਤੁਹਾਨੂੰ ਇਸ ਟਰੈਕਟਰ ਦੇ ਵਿੱਚ? ਇੱਕ ਤਾਂ ਨਵੀਂ ਟੈਕਨੋਲੋਜੀ ਆ ਜੀ, CRD ਹੋ ਗਿਆ ਜੀ। ਹਾਂਜੀ ਹਾਂਜੀ, ਇੱਕ 4-wheel ਆ ਜੀ, ਕਿਉਂਕਿ ਅਸੀਂ ਪਲਾਓ ਮਾਰਨੇ ਹੁੰਦੇ ਆ ਜੀ। ਠੀਕ ਹੈ, ਝੋਨੇ ਦੀ ਪਰਾਲੀ ਸਾਰੀ ਵਿੱਚ ਨੱਪਦੇ ਆ ਜੀ ਆਪਾਂ। ਹਾਂਜੀ ਹਾਂਜੀ ਹਾਂਜੀ, ਮੇਨ ਤਾਂ ਅਸੀਂ ਤਾਂ ਕਰਕੇ ਲੈ, ਜਿਵੇਂ ਮੈਂ ਪਹਿਲੇ ਦੱਸਿਆ ਕਿ ਆਪਣੇ ਸਾਰੇ ਟਰੈਕਟਰਾਂ ਦੀ ਜਿਹੜੀ ਸਰਵਿਸ ਹੈ ਉਹ 500 ਘੰਟਿਆਂ ਦੇ ਇੰਟਰਵਲ ਤੇ ਹੁੰਦੀ ਹੈ। ਮਤਲਬ ਪਹਿਲੀ ਸਰਵਿਸ 50 ਤੇ, ਉਸ ਤੋਂ ਬਾਅਦ ਸਾਰੇ ਟਰੈਕਟਰਾਂ ਦੀ ਸਰਵਿਸ 500 ਦੇ ਘੰਟੇ ਦੇ ਹੁੰਦੀ ਹੈ। ਜਿਵੇਂ ਜ਼ਿਮੀਦਾਰ ਦੇ ਪੱਖ ਦੀ ਵਿੱਚ ਸੋਚਾਂ ਤੇ ਉਹਨਾਂ ਦੀ, ਕਿਉਂਕਿ ਆਪਾਂ ਟਰੈਕਟਰ ਇਹ ਤਾਂ ਹੈ ਨਹੀਂ ਕਿ ਅੱਜ ਲੈ ਲਿਆ ਤੇ ਸਾਲ ਬਾਅਦ ਹੀ ਵੇਚਣਾ, ਆਪਾਂ ਤਾਂ ਲੌਂਗ ਰਨ ਹੀ ਚੱਲਣਾ, ਕਿਉਂਕਿ ਪੈਸਾ ਕੋਈ ਪੇੜਾਂ ਨਾਲ ਤਾਂ ਲੱਗਿਆ ਨਹੀਂ। ਠੀਕ ਹੈ, ਅਸੀਂ ਉਸ ਹਿਸਾਬ ਨਾਲ ਦੇਖੀਏ ਤੇ ਜ਼ਿਮੀਦਾਰ ਨੂੰ ਇੱਕ ਜਿਹੜਾ ਸਰਵਿਸ ਦੇ ਜਿਹੜੇ ਪੈਸੇ ਬਚਦੇ ਨੇ ਉਹ ਪੈਸਿਆਂ ਦਾ ਜ਼ਿਮੀਦਾਰ ਨੂੰ ਬੈਨੀਫਿਟ ਹੀ ਹੁੰਦਾ। ਠੀਕ ਹੈ, ਤੇ ਜੇ ਕੋਈ ਲੋਨ ਵੀ ਕਰਾਉਂਦਾ ਤੇ ਸਮਝ ਲਓ ਕਿ ਲੋਨ ਦੀ ਕੀ ਸਾਰੀ ਉੱਥੋਂ ਹੀ ਨਿਕਲ ਆਉਂਦੀ ਹੈ। ਕੀ ਹਾਲ ਆ ਦੋਸਤੋ, ਅੱਜ ਆਪਾਂ ਖੜੇ ਹਾਂ ਸ੍ਰੀ ਮੁਕਤਸਰ ਸਾਹਿਬ ਸੋਲਿਸ ਟਰੈਕਟਰ ਏਜੰਸੀ ਦੇ ਵਿੱਚ। ਸਿੱਧੂ ਟਰੈਕਟਰਸ ਦੇ ਨਾਮ ਤੇ ਆ, ਬਾਈ ਜੀ ਆਪਣੇ ਨਾਲ ਹੈ ਗੁਰਸ਼ਰਨ ਸਿੰਘ ਜੀ। ਬਾਈ ਸਤਿ ਸ੍ਰੀ ਅਕਾਲ ਜੀ, ਤੇ ਸਰ ਵਿਨੇ ਸਰ, ਪੂਰੀ ਟੀਮ ਇਹਨਾਂ ਦੀ, ਸਰ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਬਾਈ। ਤੇ ਸਭ ਤੋਂ ਪਹਿਲਾਂ ਬਾਈ ਮੁਬਾਰਕਾਂ ਤੁਹਾਨੂੰ ਬਹੁਤ ਬਹੁਤ। ਅਰੇ ਸਰ, ਥੈਂਕ ਯੂ ਜੀ। ਅੱਜ 10 ਟਰੈਕਟਰਾਂ ਦਾ ਜਿਹੜਾ ਡਿਲੀਵਰੀ ਆਪਾਂ ਦੇ ਰਹੇ ਹਾਂ, ਕਿਉਂ ਬਾਈ ਜੀ, ਹੈ ਨਾ। ਤੇ ਇੱਕ ਚੀਜ਼ ਮੈਂ ਇੱਥੇ ਹੋਰ ਤੁਹਾਨੂੰ ਦੱਸ ਦਵਾਂ ਦੋਸਤੋ, ਵੀ ਨਾ ਬਾਈ ਗੁਰਸ਼ਰਨ ਦਾ ਜਿਹੜਾ ਸੁਭਾਅ ਆ, ਜਾਂ ਮੈਂ ਪਹਿਲਾਂ ਕੁਛ ਟਰੈਕਟਰਾਂ ਦੀਆਂ ਸੋਲਿਸ ਦੀਆਂ ਤੁਸੀਂ ਵੀਡੀਓ ਦੇਖੀਆਂ ਆਪਣੇ ਚੈਨਲ ਤੇ, ਜਿਹੜੇ ਕਸਟਮਰਾਂ ਨੂੰ ਮੈਂ ਮਿਲਦਾ ਨਾ ਤੇ ਉਹ ਕਹਿੰਦੇ ਆ ਵੀ ਸਾਨੂੰ ਟਰੈਕਟਰ ਜਿਹੜਾ ਇੰਨਾ ਵਧੀਆ ਲੱਗਦਾ ਹੀ ਆ, ਪਰ ਸਾਨੂੰ ਜਿਹੜੀ ਸਰਵਿਸ ਮਿਲਦੀ ਹੈ ਨਾ ਇੱਥੋਂ ਉਹ ਬਹੁਤ ਹੀ ਬਾਕਮਾਲ ਮਿਲਦੀ ਆ। ਵੀ ਰਾਤ ਨੂੰ ਵੀ ਅਸੀਂ ਫੋਨ ਲਾ ਦਈਏ ਨਾ, ਸਾਨੂੰ ਕੰਮ ਜੇ ਕੋਈ ਅੜਦਾ ਵਾ ਖੜਦਾ ਵਾ ਕਿਤੇ, ਤਾਂ ਬਾਈ ਰਾਤ ਨੂੰ ਵੀ ਗੱਲ ਸੁਣਦੇ ਆ। ਸਭ ਤੋਂ ਵੱਡੀ ਗੱਲ ਹੁੰਦੀ ਆ ਕਿ ਕੋਈ ਵੀ ਪ੍ਰੋਡਕਟ ਜਿਹੜਾ ਹੁੰਦਾ ਵੀ ਕਿਸੇ ਵੀ ਕੰਪਨੀ ਦਾ ਬਾਈ ਜੀ, ਵੀ ਉਹਦੇ ਵਿੱਚ ਕੀ ਹੁੰਦਾ ਕਿ ਪ੍ਰੋਡਕਟ ਵਧੀਆ ਹੁੰਦਾ ਵਾ, ਕਈ ਵਾਰ ਸਰਵਿਸ ਵੱਲੋਂ ਫੇਲ ਹੋ ਜਾਂਦੀ ਹੈ ਗੱਲ, ਪਰ ਜਦੋਂ ਬਾਈ ਜੀ ਦੀ ਗੱਲ ਆਉਂਦੀ ਹੈ ਗੁਰਸ਼ਰਨ ਜੀ ਦੀ, ਤਾਂ ਸਰਵਿਸ ਇੰਨੀ ਕੁ ਫਾਸਟ ਤੇ ਇੰਨੀ ਵਧੀਆ ਵਾ ਜਿੰਨੇ ਵੀ ਕਸਟਮਰਾਂ ਨੂੰ ਮਿਲਿਆ ਵਾ ਅੱਜ ਤੱਕ। ਤੇ ਅੱਜ ਬਾਈ ਹੁਣੀ ਆਪਣਾ 64 ਬਾਈ ਜੀ ਪਹਿਲਾ ਟਰੈਕਟਰ? ਬਿਲਕੁਲ, ਪਹਿਲਾ ਟਰੈਕਟਰ ਹੈ ਜੀ, ਮੁਕਤਸਰ ਏਰੀਆ 'ਚ ਪਹਿਲਾ ਟਰੈਕਟਰ ਦੇ ਰਿਹਾ ਸੀ। ਅੱਛਾ ਜੀ, ਆਪਣੇ ਆਈਡੀਅਲ ਦਾ ਪਹਿਲਾ ਟਰੈਕਟਰ ਹੈ ਜੀ 64। ਠੀਕ ਹੈ ਜੀ, ਤੇ ਨਾਲ ਦੀ ਨਾਲ ਆਪਾਂ 50-15 ਕਿੰਨੇ ਟਰੈਕਟਰ ਦੇ ਰਹੇ ਹਾਂ ਜੀ? 50-15 ਆਪਾਂ 7 ਟਰੈਕਟਰ ਦੇ ਰਹੇ ਹਾਂ ਜੀ। ਠੀਕ ਹੈ ਜੀ, 7 ਤੇ 1-8, 1-42-15 ਤੇ 1-55-15 ਜੀ। ਅੱਛਾ ਜੀ, ਅੱਛਾ ਜੀ, ਤੇ ਜਿਹੜਾ 50-15 ਉਹਦੀ ਡਿਮਾਂਡ ਇੰਨੀ ਜ਼ਿਆਦਾ? 50-15 ਟਰੈਕਟਰ ਜੀ ਐਕਚੁਅਲੀ ਕਮਰਸ਼, ਕਿਉਂਕਿ 10+5 ਗੇਅਰ ਬਾਕਸ ਦੇ ਨਾਲ ਆਉਂਦਾ, 10 ਫਾਰਵਰਡ 5 ਰਿਵਰਸ। ਅੱਜ ਇਹ ਵਾਲਾ ਗੇਅਰ ਬਾਕਸ ਕਿਸੇ ਵੀ ਕੰਪੀਟੀਸ਼ਨ ਦੇ ਕੋਲ ਨਹੀਂ ਹੈ। ਠੀਕ ਹੈ, ਤੇ ਨੋਰਮਲੀ ਜਦੋਂ ਆਪਾਂ ਕਮਰਸ਼ੀਅਲ ਦੇ ਉੱਤੇ ਕੰਮ ਕਰਦੇ ਹਾਂ ਉਹਦੇ ਵਿੱਚ ਆਪਾਂ ਨੂੰ ਜ਼ਿਆਦਾ ਸਪੀਡ ਮਿਲ ਜਾਂਦੀ ਹੈ, ਕਸਟਮਰ ਦਾ ਟਾਈਮ ਬਚਦਾ, ਟਾਈਮ ਬਚੇਗਾ, ਫਿਊਲ ਵੀ ਘਟੇਗਾ, ਹੈ ਨਾ, ਉਹ ਚੀਜ਼ਾਂ ਨਾਲ ਬੈਨੀਫਿਟ ਹੁੰਦਾ। ਬਾਕੀ ਜਿਹੜੀ ਪਾਵਰ ਹੈਗੀ ਹੈ ਉਹ ਕੰਪੈਰੀਟਿਵਲੀ 50 HP ਦੀ ਰੇਂਜ 'ਚ ਸਭ ਤੋਂ ਜ਼ਿਆਦਾ ਠੀਕ ਹੈ ਜੀ ਪਾਵਰ ਹੈਗੀ ਹੈ, ਇਸ ਕਰਕੇ ਉਹ ਬੜਾ ਸਕਸੈਸਫੁਲ। ਥੋੜ੍ਹਾ ਆਪਾਂ ਟਰੈਕਟਰਾਂ ਨੂੰ ਝਾਤੀ ਜੀ ਮਾਰਦੀ ਆ, ਇੱਧਰ ਅੱਗੇ ਆ ਜਾਈਏ, ਹੈ ਨਾ, ਆ ਜਾਓ ਜੀ ਅੱਗੇ ਨੂੰ ਲੰਘਿਆ ਜੀ। ਇਹ ਆਪਣਾ ਜਿਹੜਾ 65-24 ਟਰੈਕਟਰ ਦੀਆਂ ਵੀਡੀਓ ਆਪਾਂ ਕਾਫੀ ਪਹਿਲਾਂ ਵੀ ਕੀਤੀਆਂ ਹੋਈਆਂ ਦੋਸਤੋ, ਵੀ ਇਹ ਟਰੈਕਟਰ ਅੱਜ ਪਹਿਲਾ ਟਰੈਕਟਰ ਆ ਮੁਕਤਸਰ ਦੇ ਵਿੱਚ, ਤੇ ਬਾਈ ਜੀ ਉਹਨਾਂ ਦਾ ਨਾਲ ਮਲੋਟ ਦੇ ਵਿੱਚ ਵੀ ਹੈਗਾ ਵੀ ਆ ਡੀਲਰਸ਼ਿਪ, ਉੱਥੇ ਵੀ ਆ ਤੇ ਇੱਥੇ, ਦੋਨੋਂ ਜਗ੍ਹਾ 'ਤੇ ਹੈਗੀ ਆ। ਤੇ ਇਹ ਆਪਣਾ 64 ਜੀ, ਤੇ ਇਹ ਆ ਗਿਆ 50-15, ਹੈ ਨਾ ਜੀ ਜੀ। ਤੇ 65-24 ਦੇ ਵਿੱਚ ਤਾਂ ਆਪਾਂ ਦੱਸਿਆ ਜੀ ਪੂਰਾ ਡਿਟੇਲ ਦੇ ਵਿੱਚ, ਪਹਿਲਾਂ ਵੀ ਵੀਡੀਓ ਬਣਾਈਆਂ ਹੋਈ ਸੀ CRD ਦੇ ਵਿੱਚ ਹੈਗਾ ਇਹ ਟਰੈਕਟਰ ਜੀ, ਹੈ ਨਾ ਜੀ, ਬਿਲਕੁਲ। ਤੇ ਜਿਹੜਾ ਇਹ 50-15 ਵਾ ਇਹਦੇ ਬਾਰੇ ਥੋੜ੍ਹਾ ਜਿਹਾ ਦੱਸ ਦਿਓ, ਕਿਉਂਕਿ ਇਹ ਕਿਸ ਕੰਮ ਲਈ ਜਾ ਰਿਹਾ ਵਾ ਜੇ ਆਪਾਂ ਦਰਸ਼ਕ। ਮੈਂ ਭਾਈ ਜਿਵੇਂ ਤੁਹਾਨੂੰ ਪਹਿਲੇ ਦੱਸਿਆ ਕਿ 50-15 ਟਰੈਕਟਰ ਸਾਡਾ ਖੇਤੀਬਾੜੀ ਵਿੱਚ ਵੀ ਚੱਲ ਰਿਹਾ, ਕਮਰਸ਼ੀਅਲ ਦੇ ਵਿੱਚ ਵੀ ਚੱਲ ਰਿਹਾ। ਹਾਂਜੀ, ਇਹ ਵਾਲਾ ਜਿਹੜਾ ਸੈਗਮੈਂਟ ਹੈ, ਗੇਅਰ ਸੈਗਮੈਂਟ ਹੈ ਜਿਹੜਾ, ਅੱਜ ਤੱਕ ਟਰੈਕਟਰ ਲਾਈਨ ਦੇ ਵਿੱਚ ਕਿਸੇ ਨੇ ਨਹੀਂ ਦਿੱਤਾ ਜਿਹਨੂੰ ਮੈਂ 10+5 ਦਾ ਗੇਅਰ ਬਾਕਸ ਕਹਿ ਰਿਹਾ। ਨੋਰਮਲੀ ਕਸਟਮਰ ਹਾਈ ਟਰੈਕਟਰ ਜਿਹੜੇ ਕੰਪੀਟੀਸ਼ਨ ਦੇ ਆਉਂਦੇ ਨੇ 8+2 ਗੇਅਰ ਬਾਕਸ ਦੇ ਨਾਲ ਦਿੰਦੇ ਨੇ। ਹਾਂਜੀ, 8 ਫਾਰਵਰਡ 2 ਰਿਵਰਸ। ਹਾਂਜੀ, ਮੈਂ ਦੇ ਰਿਹਾ 10 ਫਾਰਵਰਡ 5 ਰਿਵਰਸ। ਇਹ ਮੇਰਾ ਇਹਦਾ ਇੱਕ ਕੀ ਕਹਿੰਦੇ ਆ ਐਡੀਸ਼ਨਲ ਫੀਚਰ ਹੈ ਇਸ ਪ੍ਰੋਡਕਟ ਦੇ ਵਿੱਚ ਮੇਰੇ ਜ਼ਿਮੀਦਾਰ ਭਰਾਵਾਂ ਲਈ, ਚਾਹੇ ਉਹ ਕਮਰਸ਼ੀਅਲ ਤੇ ਕੰਮ ਕਰਦੇ ਨੇ ਚਾਹੇ ਉਹ ਖੇਤੀਬਾੜੀ ਤੇ ਕੰਮ ਕਰਦੇ ਨੇ। ਹਾਂਜੀ, ਟਰੈਕਟਰ ਲੰਬਾ ਹੈ, ਠੀਕ ਹੈ, ਕਟਾਈ ਇਹਦੀ ਘੱਟ ਹੈਗੀ ਹੈ, ਮਤਲਬ ਘੱਟ ਜਗ੍ਹਾ ਤੋਂ ਮੁੜ ਜਾਂਦਾ, ਲਿਫਟ ਕਪੈਸਿਟੀ ਅੱਛੀ ਹੈ, 2000 KGF ਦੀ ਕਪੈਸਿਟੀ ਹੈਗੀ ਹੈ। ਮੈਨੂੰ ਲੱਗਦਾ ਇਸ ਸੈਗਮੈਂਟ ਦੇ ਵਿੱਚ ਕਿਸੇ ਵੀ ਕੰਪਨੀ ਦੇ ਕੋਲ 2000 ਤੋਂ ਥੱਲੇ ਦੀਆਂ ਹੀ ਕਪੈਸਿਟੀਜ਼ ਨੇ। ਆਪਾਂ 1800 ਦੇ 1700 ਇਹਦੇ ਆਸ ਪਾਸ ਹੁੰਦੀ ਆ, ਆਪਾਂ 2000 ਤੇ ਦਿੰਦੇ ਹਾਂ। ਠੀਕ ਹੈ, ਠੀਕ ਹੈ, 5 ਸਾਲ ਦੀ ਵਾਰੰਟੀ ਤੁਸੀਂ ਦੇਖ ਰਹੇ ਹੋ ਸਾਡੇ ਸਾਰੇ ਟਰੈਕਟਰਾਂ 'ਤੇ ਹੈ, ਜਿਵੇਂ ਮੈਂ ਪਹਿਲੇ ਦੱਸਿਆ, ਠੀਕ ਹੈ, ਸਾਰੇ ਟਰੈਕਟਰਾਂ 'ਤੇ ਹੈ। ਬਾਕੀ ਬੈਠ ਕੇ ਕੰਫਰਟੇਬਲ, ਈਜ਼ੀਨੈਸ ਜਿਹਨੂੰ ਐਰਗੋਨੋਮਿਕਲੀ ਕਹਿ ਦਿੰਦੇ ਹਾਂ, ਇੱਕ ਟਰੈਕਟਰ ਕਸਟਮਰ ਨੂੰ, ਜ਼ਿਮੀਦਾਰ ਨੂੰ, ਡਰਾਈਵਰ ਨੂੰ ਬਹੁਤ ਸੂਟ ਕਰਦਾ। ਥਕਾਵਟ ਦੇ ਵੱਲੋਂ ਕਿ ਥਕਾਵਟ ਨਹੀਂ ਹੁੰਦੀ, ਜ਼ਿਆਦਾ ਦੇਰ ਤੱਕ ਕੰਮ ਕਰ ਸਕਦਾ। ਠੀਕ ਹੈ ਜੀ, ਅਤੇ ਟਰੈਕਟਰ ਪਾਵਰ ਸਟੀਅਰਿੰਗ ਦੇ ਨਾਲ ਹੀ ਹੈ ਜੀ, OIB ਦੇ ਨਾਲ ਹੀ ਹੈ, ਮਤਲਬ ਤੇਲ ਵਿੱਚ ਡੁੱਬੀਆਂ ਬ੍ਰੇਕਾਂ ਦੇ ਨਾਲ ਹੀ ਹੈਗਾ। ਅਤੇ ਬਾਕੀ ਡਿਜੀਟਲ ਮੀਟਰ ਹੈਗਾ, ਸਰਵਿਸ ਇਹਦੇ ਉੱਤੇ ਸਾਰਾ ਕੁਝ ਇੰਡੀਕੇਸ਼ਨ ਹੋ ਜਾਂਦੀ ਹੈ, ਪੁਆਇੰਟਲੀ ਕਸਟਮਰ ਨੂੰ ਯਾਦ ਨਹੀਂ ਰੱਖਣ ਦੀ ਲੋੜ ਪੈਂਦੀ। ਅਤੇ ਇਹ ਸਾਰੇ ਫੀਚਰਸ ਦੇ ਨਾਲ ਇਹ ਟਰੈਕਟਰ ਆਪਣੇ ਕੋਲ ਆ ਰਿਹਾ। ਇਹ 50 HP ਪੂਰੀ 50 HP ਜਾਂ 50 HP ਕੈਟੇਗਰੀ
अगले 7-15-16 ਦੇ ਹੈ ਪਿਛਲੇ 14-28 ਦੇ ਹੈ ਠੀਕ ਹੈ ਜੀ ਜਿਵੇਂ ਮੈਂ ਪਹਿਲੇ ਦੱਸਿਆ ਕਿ ਆਪਣੇ ਸਾਰੇ ਟਰੈਕਟਰਾਂ ਦੀ ਜਿਹੜੀ ਸਰਵਿਸ ਹੈ ਉਹ 500 ਘੰਟਿਆਂ ਦੇ ਇੰਟਰਵਲ ਤੇ ਹੁੰਦੀ ਹੈ ਮਤਲਬ ਪਹਿਲੀ ਸਰਵਿਸ 50 ਤੇ ਉਸ ਤੋਂ ਬਾਅਦ ਸਾਰੇ ਟਰੈਕਟਰਾਂ ਦੀ ਸਰਵਿਸ 500-500 ਦੇ ਘੰਟੇ ਦੇ ਹੁੰਦੀ ਹੈ ਜਿਵੇਂ ਜ਼ਿਮੀਦਾਰ ਦੇ ਪੱਖ ਦੀ ਵਿੱਚ ਸੋਚਾਂ ਤੇ ਉਹਨਾਂ ਦੀ ਕਿਉਂਕਿ ਆਪਾਂ ਟਰੈਕਟਰ ਇਹ ਤਾਂ ਹੈ ਨਹੀਂ ਕਿ ਅੱਜ ਲੈ ਲਿਆ ਤੇ ਸਾਲ ਬਾਅਦ ਹੀ ਵੇਚਣਾ ਆਪਾਂ ਤਾਂ ਲੌਂਗ ਰਨ ਹੀ ਚੱਲਣਾ ਹੈ ਕਿਉਂਕਿ ਪੈਸਾ ਕੋਈ ਪੇੜਾ ਨਾਲ ਤਾਂ ਲੱਗਿਆ ਨਹੀਂ ਠੀਕ ਹੈ ਅਸੀਂ ਉਸ ਨਾਲ ਦੇਖੀਏ ਤੇ ਜ਼ਿਮੀਦਾਰ ਨੂੰ ਇੱਕ ਜਿਹੜਾ ਸਰਵਿਸ ਤੇ ਜਿਹੜੇ ਪੈਸੇ ਬਚਦੇ ਨੇ ਉਹ ਪੈਸਿਆਂ ਦਾ ਜ਼ਿਮੀਦਾਰ ਨੂੰ ਬੈਨੀਫਿਟ ਹੀ ਹੁੰਦਾ ਠੀਕ ਹੈ ਤੇ ਜੇ ਕੋਈ ਲੋਨ ਵੀ ਕਰਾਂਦਾ ਤੇ ਸਮਝ ਲਓ ਕਿ ਲੋਨ ਦੀ ਕਿਸ ਵਾਲੀ ਉੱਥੋਂ ਹੀ ਨਿਕਲ ਆਉਂਦੀ ਹੈ ਤੇ ਇਸ ਚੀਜ਼ ਦਾ ਬੈਨੀਫਿਟ ਹੈ ਬਾਕੀ ਫਿਊਲ ਕੰਜ਼ੰਪਸ਼ਨ ਕੰਪੈਰੀਟਿਵਲੀ ਸੇਮ ਸੈਗਮੈਂਟ ਦੇ ਵਿੱਚ ਬਾਕੀ ਕੰਪੀਟੀਸ਼ਨ ਨਾਲੋਂ ਘੱਟ ਹੈ ਉੱਥੇ ਵੀ ਜ਼ਿਮੀਦਾਰ ਨੂੰ ਪੈਸੇ ਬਚਾਉਂਦਾ ਟਰੈਕਟਰ ਜੀ ਠੀਕ ਹੈ ਜੀ ਬਹੁਤ ਧੰਨਵਾਦ ਸਰ ਤੁਹਾਡਾ ਅਰੇ ਸਰ ਬਹੁਤ ਬਹੁਤ ਸਰ ਥੈਂਕ ਯੂ ਵੈਰੀ ਮਚ ਜੀ ਤੇ ਨਾਲ ਦੀ ਨਾਲ ਆਪਾਂ ਕਸਟਮਰ ਰਿਵਿਊ ਵੀ ਲੈ ਲਈਏ ਜਿਹੜੇ ਵੀਰਾਂ ਨੇ ਟਰੈਕਟਰ ਅੱਜ ਖਰੀਦਿਆ ਬਾਈ ਬੈਠਾ ਵਾ 6524 ਤੇ ਬਾਈ ਵਧਾਈਆਂ ਸਭ ਤੋਂ ਪਹਿਲਾਂ ਦਾ ਤੁਹਾਨੂੰ ਜੀ ਥੈਂਕ ਯੂ ਤੇ ਬਾਈ ਜੀ 6524 ਟਰੈਕਟਰ ਲੈਣ ਦਾ ਕੀ ਕਾਰਨ ਸੀ ਜੀ ਕਾਰਨ ਇਹ ਸੀ ਮੇਰੇ ਚਾਚਾ ਜੀ ਨੇ ਪਹਿਲਾਂ ਲਏ ਜੀ 42-15 ਜੀ 10 ਇਕੱਠੇ ਜੀ ਅੱਛਾ ਜੀ ਉਹਨਾਂ ਦਾ ਸਾਨੂੰ ਚੰਗਾ ਰਿਜ਼ਲਟ ਵਧੀਆ ਆਇਆ ਯਾਨੀ ਕਿ ਠੀਕ ਹੈ ਤੇ ਸੋ ਚਾਚਾ ਜੀ ਨੇ ਰਿਕਮੈਂਡ ਕੀਤਾ ਵੀ ਆਪਾਂ ਇਹ ਹੀ ਲਈਏ ਅੱਛਾ ਜੀ ਅੱਛਾ ਜੀ ਸੋ ਤਾਂ ਕਰਕੇ ਇਹ ਲਿਆ ਜੀ ਠੀਕ ਹੈ ਠੀਕ ਹੈ ਤੇ ਇਹਦੇ ਵਿੱਚ ਕੀ ਖਾਸ ਕੀ ਲੱਗਾ ਤੁਹਾਨੂੰ ਇਸ ਟਰੈਕਟਰ ਦੇ ਵਿੱਚ ਇੱਕ ਤਾਂ ਨਵੀਂ ਟੈਕਨੋਲੋਜੀ ਆ ਜੀ CRD ਹੋ ਗਿਆ ਜੀ ਹਾਂਜੀ ਹਾਂਜੀ ਇੱਕ 4-wheel ਆ ਜੀ ਕਿਉਂਕਿ ਅਸੀਂ ਪਲਾਉ ਮਾਰਨੇ ਹੁੰਦੇ ਆ ਜੀ ਠੀਕ ਹੈ ਝੋਨੇ ਦੀ ਪਰਾਲੀ ਸਾਰੀ ਵਿੱਚ ਨੱਪਦੇ ਆ ਜੀ ਆਪਾਂ ਹਾਂਜੀ 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 ਮੇਨ ਤਾਂ ਅਸੀਂ ਤਾਂ ਕਰਕੇ ਲਿਆ ਜੀ ਤੇ ਜਿਹੜੀ ਗੱਲ ਹੈ ਕਿ ਬਾਈ ਮੈਂ ਗੁਰਸ਼ਰਨ ਬਾਈ ਬਾਰੇ ਕਹੀ ਸੀ ਵੀ ਸਰਵਿਸ ਤੋਂ ਹਾਂਜੀ ਉਹ ਤੁਸੀਂ ਪਹਿਲਾਂ ਦੇਖ ਹੀ ਲਈ ਹਾਂਜੀ ਸਰਵਿਸ ਕਿਉਂਕਿ ਸਾਡੇ ਆਲਰੇਡੀ 10 ਚੱਲ ਰਹੇ ਆ ਜੀ ਹਾਂਜੀ ਉਹਨਾਂ ਨੇ ਸਾਨੂੰ ਸਰਵਿਸ ਵਧੀਆ ਮਿਲ ਰਹੀ ਆ ਜੀ ਠੀਕ ਹੈ ਜੀ ਠੀਕ ਹੈ ਤੇ ਬਹੁਤ ਮੁਬਾਰਕਾਂ ਬਾਈ ਇੱਕ ਵਾਰ ਫਿਰ ਤੁਹਾਨੂੰ ਤੇ ਵੀਡੀਓ ਦੇਖਣ ਲਈ ਬਹੁਤ ਧੰਨਵਾਦ ਦੋਸਤੋ ਇਸ ਤੋਂ ਬਾਅਦ ਜੇ ਤੁਸੀਂ ਵੀ ਕੋਈ ਟਰੈਕਟਰ ਖਰੀਦਣਾ ਚਾਹੁੰਦੇ ਤਾਂ ਆਪਾਂ ਬਾਈ ਉਹਨਾਂ ਦਾ ਸੰਪਰਕ ਨੰਬਰ ਵੀ ਤੁਹਾਨੂੰ ਦੇ ਦੇਵਾਂਗੇ ਤਾਂ ਕਿ ਤੁਸੀਂ ਬਾਈ ਉਹਨਾਂ ਨਾਲ ਸੰਪਰਕ ਕਰਕੇ ਕੋਈ ਵੀ ਟਰੈਕਟਰ ਇੱਥੋਂ ਖਰੀਦਣਾ ਤਾਂ ਖਰੀਦ ਸਕਦੇ ਹੋ ਸਾਰੇ ਟਰੈਕਟਰ ਜਿਹੜੇ ਆ ਅਵੇਲੇਬਲ ਹੁੰਦੇ ਆ ਤੇ ਬਾਈ ਜੀ ਨੇ ਪੂਰੇ ਖੁਸ਼ ਅੱਜ 10 ਟਰੈਕਟਰ ਲੈ ਕੇ ਹਨਾ ਵਧਾਈਆਂ ਜੀ ਹਾਂਜੀ ਤੁਹਾਨੂੰ ਵੀ ਵਧਾਈਆਂ ਜੀ ਬਹੁਤ ਬਹੁਤ ਵਧਾਈਆਂ ਧੰਨਵਾਦ ਜੀ ਧੰਨਵਾਦ ਦੋਸਤੋ